ਸ਼੍ਰੀਕਾਲ ਸਾਰਿਆਂ ਨੂੰ ਠੀਕ ਠਾਕ ਮੇਰੀ ਜਾਨ ਤੁਹਾਡਾ ਸਵਾਗਤ ਹੈ ਸਾਡੇ ਬਲੌਗ ਦੇ ਵਿੱਚ ਜਿਹੜਾ ਨਾਂ ਜੋਸ਼ ਬਲੌਗਸ ਤੁਸੀਂ ਸ਼ਾਇਦ ਨਾ ਪਛਾਣਦੇ ਹੋ ਆਪਾਂ ਤਾਂ ਟਰਾਈ ਕਰੀਦਾ ਤੁਹਾਨੂੰ ਇੰਟਰਟੇਨ ਕਰਨ ਲਈ ਅੱਜ ਦਾ ਜਿਹੜਾ ਬਲੌਗ ਹੈ ਇਹ ਆਪਾਂ ਸਿੰਪਲ ਜਿਹਾ ਰੱਖਣਾ ਆਪਣੇ ਵੀਰ ਜਿਹਦਾ ਨਾਂ ਕਰਮ ਆ ਕਰਮਦੀਪ ਸਿੰਘ ਇਹ ਆਪਣਾ ਕਰਮ ਆਇਆ ਜਿਹੜਾ ਜਿਹਨੂੰ ਟਰਾਈ ਕਰੀਦਾ ਮਿਲਣ ਨੂੰ ਬਟ ਮੈਂ ਮੰਨ ਲਓ ਸਪੇਨ 'ਚ ਹਾਂ ਅਤੇ ਬਹੁਤ ਜ਼ਿਆਦਾ ਕੋਇਨਸੀਡੈਂਟ ਹੋਊਗਾ ਵੀ ਆਪਾਂ ਮਿਲੀਏ ਇੱਕ ਦੂਜੇ ਨੂੰ ਸੇਮ ਪਲੇਸ 'ਤੇ ਸੇਮ ਡੇ ਅਤੇ ਅੱਜ ਅਸੀਂ ਸੀਗੇ ਬਾਰਸਲੋਨਾ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਦਾ ਹਾਂ ਆਹ ਦੇਖ ਸਕਦੇ ਹਾਂ ਤੁਸੀਂ ਆਪਣੇ ਬਹੁਤ ਜ਼ਿਆਦਾ ਰਸ਼ ਆ ਸੀਗਾ ਉੱਧਰਲੀ ਸਾਈਡ ਦੇਖੋ ਵੀ ਸਾਰੀ ਦੀ ਸਾਰੀ ਸਾਈਡ ਭਰੀ ਪਈ ਹੈ ਅਤੇ ਸਾਡੇ ਕੋਲ ਟਾਈਮ ਹੈਗਾ ਜੀ 2 ਵਜੇ ਤੱਕ ਸੋਰੀ 2 ਵਜੇ ਨਹੀਂ 3 ਵਜੇ ਤੱਕ ਟਾਈਮ ਹੈ ਸਾਡੇ ਕੋਲ ਸਾਡੀ ਜਿਹੜੀ ਸ਼ਿਫਟ ਆ ਉਹ 3 ਵਜੇ ਤੱਕ ਆ ਅਤੇ ਮੇਰੇ ਨਾਲ ਜਿਹੜੇ ਵੀਰ ਇਸ ਟਾਈਮ ਕੰਮ ਕਰ ਰਹੇ ਆ ਉਹ ਅਸੀਂ ਸੀਕਰਟ 'ਚ ਰੱਖਣਾ ਉੱਧਰ ਤੁਹਾਨੂੰ ਇਸ ਬਲੌਗ ਦੇ ਐਂਡਿੰਗ ਦੇ ਵਿੱਚ ਜੇ ਅਸੀਂ ਕਰਮੇ ਨੂੰ ਮਿਲ ਪਾਏ ਤਾਂ ਅਸੀਂ ਜ਼ਰੂਰ ਉਹਨਾਂ ਦੇ ਨਾਲ ਤੁਸੀਂ ਵੀ ਰੂਬਰੂ ਹੋਵੋਗੇ ਅਤੇ ਕਿਉਂਕਿ ਉਹਨੇ 3 ਵਜੇ ਨਿਕਲ ਜਾਣਾ ਆ ਅਤੇ ਸਾਡੇ ਕੋਲ 3 ਵਜੇ ਤੱਕ ਟਾਈਮ ਆ ਅਤੇ ਆਪਣਾ ਜਿਹੜਾ GPS ਕਹਿ ਰਿਹਾ ਹੈ 1:30 ਵਜੇ ਦਾ ਇਹ 1:30 ਵਜੇ ਅਸੀਂ ਪਹੁੰਚਣਾ ਪਰ ਫਿਰ ਵੀ ਮੈਂ ਆਪਣੇ ਹਿਸਾਬ ਨਾਲ ਅਨੁਮਾਨ ਲਗਾ ਕੇ ਰੱਖਦਾ 1/2 ਘੰਟਾ ਹੋਰ ਹੈ ਨਾ ਵੀ 2 ਵਜੇ ਆਪਾਂ ਪਹੁੰਚੀਏ ਉੱਥੇ ਮੈਡਰੀਡ ਜਿਹੜਾ ਬੇਸ ਆ ਪ੍ਰੀਮਾ ਫਰੀਓ ਦਾ ਉੱਥੇ ਆਪਣੀ ਉਹ ਵੇਟ ਤਾਂ ਨਹੀਂ ਕਹਿ ਸਕਦੇ ਕਿਉਂਕਿ ਉਹਨੇ ਲੋਡ ਕਰਨਾ 3 ਵਜੇ ਉਹਨੇ ਨਿਕਲ ਜਾਣਾ ਜੇ ਮੈਂ 3 ਵਜੇ ਤੋਂ ਲੇਟ ਹੋ ਜਾਂਦੇ ਅਸੀਂ ਤਾਂ ਫਿਰ ਆਪਣੇ ਛੋਟੇ ਭਰਾ ਨੂੰ ਨਹੀਂ ਮਿਲਾਉਣਾ ਬਟ ਆਪਾਂ ਆਪਣੀ ਕਹਿੰਦੇ ਹੁੰਦੇ ਆ ਰੇਸ ਦੇ ਉੱਤੇ ਆਪਾਂ ਪੱਥਰ ਰੱਖ ਲੈਣਾ ਹੁਣ ਬਈ ਇਹ ਟੁੱਟੇ ਨਾ ਠੀਕ ਹੈ ਜੀ ਅਤੇ ਹੁਣ ਆਪਾਂ ਬਾਰਸਲੋਨਾ ਦੇ ਵਿੱਚ ਹੈ ਇਸ ਟਾਈਮ ਸੋ ਇਹ ਲੰਘਣ ਦੇ ਬਾਅਦ 'ਚ ਆਪਾਂ ਜਾਣਾ ਹੁੰਦਿਆਂ ਹੋਇਆ ਲੈਰੀਡਾ ਫਿਰ ਆਪਾਂ ਜਾਣਾ ਜ਼ਾਰਾਗੋਜ਼ਾ ਜ਼ਾਰਾਗੋਜ਼ਾ ਤੋਂ ਬਾਅਦ 'ਚ ਆਪਾਂ ਨੇ ਮੈਡਰੀਡ ਐਂਟਰ ਹੋ ਜਾਣਾ ਠੀਕ ਹੈ ਜੀ ਬਣੇ ਰਹੋ ਤੁਸੀਂ ਬਲੌਗ ਦੇ ਵਿੱਚ ਗੱਡੀ ਫੜੀ ਹੈ ਇੱਥੋਂ ਅਤੇ ਅਸੀਂ ਰਹਿ ਗਏ ਹਾਂ 291 ਕਿਲੋਮੀਟਰ 'ਤੇ ਇਸ ਟਾਈਮ ਟਾਈਮ ਹੋਇਆ ਆ 22:00 ਅਤੇ 29 ਮਿੰਟ ਸੋ 10:30 ਵਜੇ ਰਾਤ ਦੇ ਉਹ ਆਪਾਂ ਨੂੰ ਪਹੁੰਚਾ ਰਿਹਾ 2:45 ਵਜੇ ਅਤੇ ਭਾਅ ਜੀ ਨੇ ਤਾਂ ਨੀਂਦ ਲਾ ਲਈ ਹੈ ਅਤੇ ਹੁਣ ਮੇਰੀ ਵਾਰੀ ਹੈ 6:00 ਵਜੇ ਆਪਾਂ ਨਾ ਪਹੁੰਚ ਜਾਣਾ ਆ 2:45 ਰੱਖ ਲਾ ਤੂੰ 2 ਵਜੇ ਪਹੁੰਚ ਜਾਣਾ ਅਸੀਂ ਠੀਕ ਹੈ ਚਲੋ ਫਿਰ ਮਿਲਦੇ ਹਾਂ ਓਕੇ ਪਹੁੰਚ ਗਏ ਆਪਾਂ ਬੇਸ ਮੈਡਰੀਡ ਦੇ ਵਿੱਚ ਆ ਹੈਗੀ ਆਪਣੇ ਖਹਿਰੇ ਦੀ ਗੱਡੀ ਖਹਿਰਾ ਸਾਹਿਬ ਦੀ ਇਹਨਾਂ ਨੂੰ ਆਪਾਂ ਸੁੱਤੇ ਰਹਿਣ ਦਿੰਦੇ ਹਾਂ ਥੋੜ੍ਹੀ ਦੇਰ ਤੱਕ ਹਜੇ ਆਪਾਂ ਵੇਟ ਕਰਦੇ ਪਏ ਹਾਂ ਲੋਡ ਦੇ ਖਾਲੀ ਹੋਣ ਦਾ ਓਕੇ ਇੱਦਾਂ ਵੇਅਰ ਹਾਊਸ ਆ ਫਰਿੱਜ ਕਰ ਦੇਣੀ ਬੰਦ ਕਿਉਂਕਿ ਆਪਾਂ ਲੋਡ ਨਹੀਂ ਫਰਿੱਜ ਦੀ ਹੁਣ ਜਦ ਤੱਕ ਅਗਲਾ ਲੋਡ ਨਹੀਂ ਆਉਂਦਾ ਸਾਰੀ ਦਗੜ ਦਗੜ ਹੋਈ ਪਈ ਹੈ ਇੱਥੇ ਅੰਦਰ ਦੂਜੀ ਗੱਲ ਇਹ ਆ ਵੀ ਮਿੱਟੀ ਮਿੱਟੀ ਹੋਇਆ ਪਿਆ ਬੰਦਾ ਨਹਾ ਕੇ ਆਉਂਦਾ ਨਾ ਪਾਊਡਰ ਚੰਗੀ ਤਰ੍ਹਾਂ ਲੱਗ ਜਾਂਦਾ ਇੱਥੇ ਆ ਕੇ ਜੇ ਕਿਸੇ ਨੂੰ ਤੱਤਾਂ ਦੀ ਘਾਟ ਹੈ ਜਿਹੜੇ ਮਿੱਟੀ ਦੇ ਵਿੱਚ ਹੁੰਦੇ ਪੂਰੇ ਹੋ ਜਾਂਦੇ ਇੱਥੇ ਆ ਕੇ ਸੋ ਮੇਰੇ ਵੀਰੋ ਜੇ ਤੁਹਾਡੇ 'ਚ ਘਾਟ ਹੋਵੇ ਥੋੜ੍ਹੀ ਵਾਲੀ
आराम नाल कंपनी नूं कह के इत्थे दा लोड लै लिओ, तुहाडे जिहड़े ताते आ उह पूरे हो जूगे। ठीक है जी, ओके हुण आपां लोड दी खाली होण दी वेट करदे हां। जदों खाली हो गए तो फिर आपां थल्ले पाउने अपने छोटे भरा करम खरैल। बने रहो ब्लॉग दे नाल मेरी जान। रोटी नहीं बनाई अहीं, हिम्मत ही ने बढ़ने जाने। चलो आ जाओ आ फ्रूट फ्रूट लैके जाना घर दे ने। वाह जी वाह, हां वधिया लाया यार तू, है ना। अच्छा मैट ना, मैट बहुत वधिया यार। अच्छा इनू जोड़िया थले है ना? नहीं इनू नहीं जोड़िया, ये तो ऐसे ही है। इनू जोड़ता वो टेप जी ना। अच्छा वे डिगे ना भाई, जो तंदे तंदे तो कमाई दी है, वो घूमे ना ये इधर। कोई नहीं आप तो लाज दे दस दिन ये। अच्छा जी और पर तू पूछ लेना इनू तरखान साहब नु पूछ लेना। हां ठीक है। हाँ जी जिदा थोन दसिया सीगा आपां करम खैरा जी नू मिलना सी अपने छोटे वीर नू। असी जदोजहद करते अपने भाजी ने गड्डी टॉप मोड़ ते रखी सी, पर टाइम सिर पहुँच गए। पर नाल किस्मत अपनी ये वधिया रही कि आप खाली कर लिया तो आप जगह मिल गई। बिकॉज जिहड़ा बेस मैड्रिड है ना, दिनों दिन बहुत ज़्यादा बिजी हो जा रहा, तो इतने जगह मिलनी इंपॉसीबल हो जा रही। तो हुण आ देखो इन्ना कोई बंदा अपने ना प्यार रियलिटी करने वाला इन्ना प्यार करने वाला बंदा, मैं बैठते कोई नहीं बह जाना फिर, है ना। हाँ जी दही कोई गल नहीं, इस टाइम खाना उदा सही किदा भाजी की करी भाजी नूं पुछ लो। सुपना साडा साकार हो गया। हां जी एक अपने करमे दी गड्डी च बैठ के रोटी खाने वाला, की ख्याल है? ਤੁਸੀਂ ਨਹੀਂ ਖਾਣੀ ਯਾਰ? ਇਹੀ ਕਿੱਦਾਂ ਇੱਦਾਂ ਖਾ ਲਓ? ਨਾ ਨਾ ਅਸੀਂ ਖਾ ਕੇ ਸੌ ਗਏ ਸੀਗੇ। ਦੇਖ ਲਓ ਓਏ, ਮੈਂ ਤੁਹਾਨੂੰ ਇੱਕ ਰਿਐਲਿਟੀ ਦੱਸਦਾ, ਜੇ ਕੋਈ ਹੋਰ ਹੁੰਦਾ ਨਾ ਤੇ ਉਹਨੇ ਡੋਰਾਂ ਕਰ ਦੇਣੀਆਂ ਸੀ ਬੰਦ, ਫੋਨ ਕਰ ਦੇਣਾ ਸੀ ਬੰਦ, ਕਿਉਂਕਿ ਸਾਡੇ ਨਾਲ ਹੋ ਚੁੱਕਾ ਹੈ ਨਾ। ਇਹ ਪਿਆਰ ਦੀ ਗੱਲ ਹੈ। ਚਲੋ ਜੀ ਹੁਣ ਆਪਾਂ ਛਕਦੇ ਹਾਂ ਆਪਣਾ ਪ੍ਰਸ਼ਾਦਾ ਪਾਣੀ ਜਿਹੜਾ ਬਣਾਇਆ ਜੀ। ਕੈਮਰੇ ਤੇ ਲੱਗੇ ਆਪਣੇ ਸੁਰਿੰਦਰ ਭਾਜੀ ਜਿਹੜੇ ਆਪਣੇ ਨਾਲ ਦੁਬਾਰਾ ਰੂਬਰੂ ਹੋਏ ਆ। ਬਿਲਕੁਲ ਇਹਨਾਂ ਨੂੰ ਤੁਸੀਂ ਜਾਣਦੇ ਆ ਕਿ ਆਪਣੇ ਪੌਲ ਜੀ ਆਪਣੇ ਨਾਲ ਲਾਈਵ ਚ ਐਡ ਹੋਏ ਸੀਗੇ, ਤੇ ਦੇਖੋ ਕਿੱਥੇ ਸਬੱਬ ਬਣਦੇ ਆ, ਪਤਾ ਥੋੜਾ ਲੱਗਦਾ ਤੁਹਾਡੀ ਬਸ ਮਿਹਰਬਾਨੀ ਸਾਰੀ। ਨਹੀਂ ਨਹੀਂ ਇਹ ਐਨਰਜੀ ਦੀ ਯਾਰ, ਬਿਲਕੁਲ ਜਿਹਦੇ ਕਰਕੇ ਸਾਰਾ ਕੁਝ ਚੱਲਣ ਡਿਆ। ਥੋੜੇ ਸੁੱਤੇ ਪਏ ਉੱਠੇ ਜੀ, ਐਕਸੈਪਟ ਕਰਿਓ। ਇੰਨਾ ਪਿਆਰ ਮੈਂ ਅੱਗੇ ਵੀ ਕਿਹਾ ਵੀ ਦੇਣ ਵਾਲਾ ਕੋਈ ਕੋਈ ਹੁੰਦਾ ਹਨਾ, ਔਰ ਕੋਈ ਹਰ ਕੋਈ ਨਹੀਂ ਇਹ ਪੁਜੀਸ਼ਨ ਲੈ ਸਕਦਾ ਯਾਰ। ਬਾਈ ਮਾਣ ਵਾਲੀ ਗੱਲ ਹੈ, ਥੈਂਕ ਯੂ ਤੇਰਾ ਬਹੁਤ, ਥੈਂਕ ਯੂ ਆਦਰ ਮਾਣ ਦਿੱਤਾ ਸਾਨੂੰ। ਇਹ ਚਾਹ ਦਾ ਲੱਗਾ ਪ੍ਰੋਗਰਾਮ, ਦੇਖੋ ਛੋਟੀਆਂ ਛੋਟੀਆਂ ਡੱਬੀਆਂ, ਇਹ ਸਿੱਖ ਲਓ ਕੁਛ ਤੁਸੀਂ ਵੀ ਕਿੱਦਾਂ ਰੱਖਣੀਆਂ ਔਰਬਿਟ ਵਾਲੀਆਂ। ਇਹਦੇ ਵਿੱਚ ਲੈਜੀ ਰੱਖੀ ਹੋਈ ਜੇਕਰ ਕਰੋ ਮਾਮੂ ਦੇ ਬੱਚੇ